ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਨੇ ਜੀ ਢੋਕਲਾ ਬਣਾਇਆ ਸੀ, ਤੁਹਾਨੂੰ ਪਤਾ ਹੀ ਆ ਬੱਚੇ ਥੋੜਾ ਘੱਟ ਲਾਈਕ ਕਰਦੇ ਨੇ। ਅਸੀਂ ਤਾਂ ਖਾਧਾ, ਸਾਨੂੰ ਤਾਂ ਵੈਸੇ ਟੇਸਟੀ ਲੱਗਿਆ ਸੀ ਪਹਿਲਾਂ ਵੀ, ਕਿਉਂਕਿ ਖਾਂਦੇ ਰਹਿੰਦੇ ਹਾਂ। ਅਤੇ ਅੱਜ ਆਪਾਂ ਨੇ ਇਹਦੀ ਰੈਸਪੀ ਚੇਂਜ ਕਰ ਦੇਣੀ। ਆਪਣੇ ਕੋਲ ਥੋੜਾ ਬਚਿਆ ਪਿਆ ਸੀਗਾ, ਇੱਕ ਭੈਣ ਦਾ ਕਮੈਂਟ ਆਇਆ ਸੀਗਾ, ਮੈਸੇਜ ਵੀ ਆਇਆ ਸੀਗਾ ਉਹਨਾਂ ਦਾ ਮੈਨੂੰ ਵੀ ਤੁਸੀਂ ਆਂਟੀ ਇਹਨੂੰ ਇੱਦਾਂ ਕਰਕੇ ਗ੍ਰੇਵੀ ਬਣਾ ਲਓ ਅਤੇ ਗ੍ਰੇਵੀ ਬਣਾ ਕੇ ਉਹਦੇ ਵਿੱਚ ਪਾ ਲਓ। ਵੈਸੇ ਤਾਂ ਮੈਂ ਪਹਿਲਾਂ ਕਈ ਵਾਰੀ ਸਬਜ਼ੀਆਂ ਪਾ ਕੇ ਬਣਾਇਆ, ਬਹੁਤ ਟੇਸਟੀ ਲੱਗਦਾ, ਤੁਸੀਂ ਵਿੱਚ ਸਬਜ਼ੀਆਂ ਪਾ ਕੇ ਵੀ ਬਣਾ ਸਕਦੇ ਹੋ। ਪਰ ਹੁਣ ਅਸੀਂ ਸਿੰਪਲ ਬਣਾਇਆ ਸੀਗਾ, ਕਿਉਂਕਿ ਮੈਕਰੋ ਦੀ ਰੈਸਪੀ ਮੰਗੀ ਸੀਗੀ ਅਤੇ ਅਸੀਂ ਸਿੰਪਲ ਬਣਾਇਆ ਸੀ। ਬੱਚਿਆਂ ਨੂੰ ਨਹੀਂ ਪਸੰਦ ਆਇਆ, ਘੱਟ ਪਸੰਦ ਆਇਆ, ਇੱਕ ਇੱਕ ਪੀਸ ਹੀ ਖਾਧਾ ਉਹਨਾਂ ਨੇ। ਅਤੇ ਅੱਜ ਆਪਾਂ ਉਹਨੂੰ ਚੇਂਜ ਕਰ ਦੇਣਾ, ਉਹਦੀ ਰੈਸਪੀ ਚੇਂਜ ਕਰ ਦੇਣੀ ਹੈ ਢੋਕਲੇ ਦੀ। ਅਤੇ ਗ੍ਰੇਵੀ ਬਣਾ ਕੇ ਆਪਾਂ ਸਾਰਾ ਸਮਾਨ ਆਪਣਾ ਤਿਆਰ ਆ, ਅਤੇ ਗ੍ਰੇਵੀ ਬਣਾ ਕੇ ਆਪਾਂ ਹੁਣ ਉਹਦੀ ਤਿਆਰੀ ਕਰਦੇ ਹਾਂ, ਅਤੇ ਫਿਰ ਬੱਚੇ ਰਿਵਿਊ ਦੇਣਗੇ, ਦੇਖੋ ਉਹਨਾਂ ਨੂੰ ਕਿੱਦਾਂ ਦਾ ਲੱਗਦਾ। ਇਹ ਹੈ ਜੀ ਜਿਹੜੇ ਢੋਕਲਾ ਪਿਆ ਸੀਗਾ ਆਪਣੇ ਕੋਲ, ਆਪਾਂ ਨੇ ਉਹਦੇ ਛੋਟੇ ਛੋਟੇ ਪੀਸ ਕਰ ਲਏ। ਗ੍ਰੇਵੀ ਬਣਾਉਣ ਲਈ ਆਪਾਂ ਨੇ ਕੜੀ ਪੱਤਾ ਲਿਆ, ਲਸਣ ਲਿਆ ਥੋੜ੍ਹਾ ਜਿਹਾ, ਬਰੀਕ ਧਨੀਆ ਕੱਟ ਕੇ ਲਿਆ, ਅਤੇ ਇੱਕ ਗ੍ਰੀਨ ਵੱਡਾ ਪਿਆਜ਼ ਲਿਆ, ਹਰੀ ਮਿਰਚ ਲਈ ਆ ਕਟਿੰਗ ਕਰਕੇ, ਅਤੇ ਇੱਕ ਸ਼ਿਮਲਾ ਮਿਰਚ ਵੱਡੀ ਲਈ ਆ। ਤੁਸੀਂ ਹੋਰ ਸਬਜ਼ੀਆਂ ਵੀ ਪਾ ਸਕਦੇ ਹੋ, ਜਿਵੇਂ ਗਾਜਰਾਂ, ਇੱਦਾਂ ਦਾ ਹੁਣ ਸੀਜ਼ਨ ਹੈ ਨਹੀਂ ਗਾਜਰਾਂ ਵਗੈਰਾ ਦਾ, ਕੁਛ ਵੀ ਪਾ ਸਕਦੇ ਹੋ, ਟਮਾਟਰ ਵੀ ਪਾ ਸਕਦੇ ਹੋ ਗ੍ਰੇਵੀ ਜ਼ਿਆਦਾ ਕਰਨ ਲਈ। ਇਹ ਲਈ ਆ ਜੀ ਆਪਾਂ ਨੇ ਰੈੱਡ ਚਿੱਲੀ ਸੌਸ, ਟਮੈਟੋ ਸੌਸ ਅਤੇ ਸੋਇਆ ਸੌਸ। ਇਹ ਹੈ ਜੀ ਨਮਕ, ਸਵਾਦ ਅਨੁਸਾਰ ਨਮਕ ਪਾਵਾਂਗੇ। ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਹੋ, ਲਾਲ ਮਿਰਚ ਵੀ ਪਾ ਸਕਦੇ ਹੋ, ਪਰ ਆਪਾਂ ਨੇ ਜਿਹੜੀ ਰੈੱਡ ਚਿੱਲੀ ਸੌਸ ਆ ਉਹ ਪਾ ਦੇਣੀ ਆ, ਉਹਦੇ ਨਾਲ ਕਲਰ ਵਧੀਆ ਆ ਜਾਂਦਾ। ਲਓ ਜੀ ਕੜਾਹੀ ਆਪਾਂ ਨੇ ਗੈਸ ਦੇ ਉੱਪਰ ਰੱਖਤੀ ਸੀ, ਤੇਲ ਪਾ ਕੇ, ਤੇਲ ਹੋ ਗਿਆ ਆਪਣਾ ਗਰਮ। ਸਭ ਤੋਂ ਪਹਿਲਾਂ ਇਹਦੇ ਵਿੱਚ ਕੜੀ ਪੱਤਾ ਪਾਵਾਂਗੇ ਆਪਾਂ, ਨਾਲ ਹੀ ਲਸਣ। ਲਸਣ ਨੂੰ ਥੋੜ੍ਹਾ ਜਿਹਾ ਫਰਾਈ ਕਰ ਲਾਂਗੇ, ਕਿਉਂਕਿ ਕੱਚਾ ਲਸਣਾ ਤਾਜ਼ਾ ਪੱਟਿਆ ਹੋਇਆ। ਅਸੀਂ ਹੁਣ ਲਸਣ ਤਾਂ ਸਕਿੱਪ ਵੀ ਕਰ ਸਕਦੇ ਹਾਂ, ਪਰ ਲਸਣ ਨਾਲ ਟੇਸਟ ਬਹੁਤ ਵਧੀਆ ਲੱਗਦਾ। ਅਦਰਕ ਵੀ ਪਾ ਸਕਦੇ ਹੋ, ਲਸਣ ਵੀ ਪਾ ਸਕਦੇ ਹੋ, ਪੇਸਟ ਬਣਾ ਕੇ ਵੀ ਪਾ ਸਕਦੇ ਹਾਂ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼, ਬਸ ਪਿਆਜ਼ ਵੀ ਆਪਾਂ ਨੇ ਥੋੜ੍ਹਾ ਜਿਹਾ ਫਰਾਈ ਕਰਨੇ ਨੇ, ਜ਼ਿਆਦਾ ਨਹੀਂ ਕਰਨੇ। ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ, ਅਤੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ, ਅਤੇ ਅਸੀਂ ਦੋ ਟਮਾਟਰ ਵੀ ਛੋਟੇ ਛੋਟੇ ਕੱਟ ਲਏ, ਕਿਉਂਕਿ ਇਹਦੇ ਨਾਲ ਬਹੁਤ ਵਧੀਆ ਖੱਟਾ ਖੱਟਾ ਟੇਸਟ ਹੋ ਜਾਂਦਾ, ਅਤੇ ਵੀ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ। ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਨਮਕ, ਲਓ ਜੀ ਹੁਣ ਆਪਾਂ ਪਾ ਦਿੰਦੇ ਇਹਦੇ ਵਿੱਚ ਧਨੀਆ, ਇਹ ਆਪਾਂ ਨੇ ਪਾ ਦਿੱਤੀ ਜੀ ਚਿੱਲੀ ਸੌਸ ਇਹਦੇ ਵਿੱਚ, ਅਤੇ ਟਮੈਟੋ ਸੌਸ ਅਤੇ ਸੋਇਆ ਸੌਸ। ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ, ਕਿਉਂਕਿ ਗ੍ਰੇਵੀ ਵਧੀਆ ਲੱਗ ਜਾਂਦੀ ਆ ਫਿਰ ਹਰੇਕ ਚੀਜ਼ ਨੂੰ। ਲਓ ਜੀ ਗ੍ਰੇਵੀ ਆਪਣੀ ਤਿਆਰ ਆ, ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜਿਹੜਾ ਢੋਕਲਾ ਕੱਟ ਕੇ ਰੱਖਿਆ ਸੀ, ਇਹ ਬਣ ਗਿਆ ਢੋਕਲਾ ਮਨਚੂਰੀਅਨ, ਸਾਰਾ ਚੂਸ ਗਿਆ। ਲਓ ਜੀ ਆਪਣਾ ਸਾਰਾ ਖਾਣ ਲਈ ਢੋਕਲਾ ਤਿਆਰ ਹੋ ਗਿਆ, ਅਤੇ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਕਵਰ ਕਰਕੇ ਰੱਖ ਦਿੰਦੇ ਹਾਂ, ਥੋੜ੍ਹੀ ਜਿਹੀ ਸਟੀਮ ਨਾਲ ਸਾਰਾ ਇਹਦੇ ਵਿੱਚ ਪੈ ਜਾਊਗਾ, ਜਿੰਨਾ ਵੀ ਫਲੇਵਰ ਆ ਸਾਰੀਆਂ ਚੀਜ਼ਾਂ ਦਾ। ਮਨਰਾਜ ਹਾਂਜੀ, ਵੀ ਕੱਲ੍ਹ ਨੂੰ ਕਿਵੇਂ ਲੱਗਿਆ ਤੈਨੂੰ? ਬਹੁਤ ਸਵਾਦ ਲੱਗ ਪਈ ਤੂੰ, ਕੱਲ੍ਹ ਫਰਕ ਹੈ ਪਾਪੇ ਨੂੰ, ਪਤਾ ਕੱਲ੍ਹ ਵੀ ਬਹੁਤ ਸਵਾਦ ਲੱਗੀ। ਤੁਸੀਂ ਜ਼ਿਆਦਾ ਚਾਟ ਤਰਾਰੀ ਖਾ ਗਏ, ਤੂੰ ਤੈਨੂੰ ਕਿਵੇਂ ਲੱਗਿਆ? ਰਾਜਦੀਪ ਨੂੰ ਕਿਵੇਂ ਖਾਂਦੇ ਨੇ, ਪਲੇਟਾਂ ਸਾਫ਼ ਕਰਦੇ ਨੇ, ਮੈਂ ਰਾਜਦੀਪ ਨੂੰ, ਇਹਨਾਂ ਨੂੰ ਤਾਂ ਜੀ ਕਰਾਰਾ ਚਾਹੀਦਾ, ਕਰਾਰਾ ਕੁਛ ਵੀ ਮਿਲ ਜਾਵੇ। ਮਿੱਠੀ ਮਿੱਠੀ ਚੀਜ਼ਾਂ ਜਿਵੇਂ ਜੀ ਲਾਈਕ ਕਰਦੇ, ਮੈਂ ਪਲੇਟਾਂ ਸਾਫ਼ ਕਰ ਦਿੰਦੇ ਆ। ਦੇਖੋ ਮੋਟੂ ਹੁੰਦੇ ਆ ਨਾ ਬਈ, ਇਹ ਸਾਡਾ ਪਿਆਰ ਦਾ ਨਾਮ ਮੋਟੂ ਆ, ਅਸੀਂ ਇਹ ਮੋਟੂ ਇਹਨੂੰ ਤਾਂ ਕਹਿੰਦੇ ਆ। ਬਾਕੀ ਉਹਦਾ ਵਿਚਾਰਾ ਬਦਲਾ ਬਹੁਤ ਆ, ਇਹ ਮਾੜਾ ਮਾੜਾ, ਹੁਣ ਤਾਂ ਬਾਲਾ ਹੀ ਲਿੱਸਾ ਜਿਹਾ ਹੋ ਗਿਆ। ਪੜ੍ਹਾਈ ਕਿਵੇਂ ਚੱਲਦੀ ਆ? ਵਧੀਆ ਮੰਮੀ। ਕੌਣ ਲੈ ਕੈ ਵਜੇ ਕਲਾਸਾਂ? 11 ਤੋਂ 2। ਤੇਰੀ? ਮੇਰੀ 8 ਤੋਂ 11 ਮੈਂ। ਅੱਛਾ ਵੀ ਤੂੰ ਆਪਣਾ ਭੂਣੇ ਨੂੰ ਦੇ ਦੇਣਾ? ਨਾ ਮੈਂ ਇਹ ਮੰਮੀ ਵਾਲੇ ਤੇ ਲਾਉਂਦਾ। ਅੱਛਾ ਅੱਛਾ ਅੱਛਾ, ਮੇਰਾ ਸਿਰ ਦੁਖਣ ਲੱਗ ਗਿਆ ਫੋਨ ਚਲਾ ਚਲਾ ਕੇ ਇੰਨਾ। ਕਦੋਂ? ਰਾਤ। ਹਾਂਜੀ ਕੱਲ ਪੁੱਤਰ। ਆਨਲਾਈਨ ਕਲਾਸਾਂ ਬੱਚਿਆਂ ਵਾਸਤੇ ਲਾਇਕ ਨਹੀਂ ਹੈਗੀਆਂ, ਅੱਗੇ ਬੱਚੇ ਉਹੀ ਫੋਨ ਖੋ ਕੇ ਰੱਖਦੇ ਸੀਗੇ, ਜੇ ਉਹਨੇ ਫੜ ਲਿਆ ਖੋਹ ਲੈਂਦੇ ਸੀਗੇ ਵੀ ਬੱਚੇ ਨੂੰ ਠੀਕ ਨਹੀਂ ਹੈਗਾ। ਹੁਣ ਅਸੀਂ ਮਾਂ ਜਾਂ ਬਾਪ ਜਾਂ ਰਿਸ਼ਤੇਦਾਰ ਭੂਆ ਚਾਚੀ ਵੀ ਕਹਿੰਦੇ ਇਹਨੂੰ ਨਹੀਂ ਹੈਗਾ, ਬੜਾ ਫੋਨ ਲੈ ਕੇ ਦਿਓ, ਟੱਚ ਫੋਨ, ਬਈ ਇਹਦੀ ਪੜ੍ਹਾਈ ਖਰਾਬ ਨਾ ਹੋਵੇ। ਦੇਖੋ ਜਵਾਨਾ ਕੈਸਾ ਆ ਗਿਆ, ਪਹਿਲਾਂ ਅਸੀਂ ਲੁਕੋ ਕੇ ਰੱਖਦੇ ਸੀਗੇ, ਅਸੀਂ ਜੇ ਬੈਂਕ ਜਾਣਾ ਮੂੰਹ ਬੰਨ ਕੇ ਜਾਣਾ, ਉਹਨਾਂ ਨੇ ਕਹਿਣਾ ਮੂੰਹ ਨੰਗਾ ਕਰੋ, ਹੁਣ ਕਹਿੰਦੇ ਤੂੰ ਮੂੰਹ 'ਤੇ ਮਾਸਕ ਪਾ ਕੇ।
ठीक है नहीं। अगे स्कूटर से जाना मूह बन्ने आना पुलिस ने चलान कट देना। हूँ जे ना मूह बन्ने हो पुलिस तुम तो चलान कट दें। कोरोना की देखो कुदरत का कैसा करिश्मा आ गया। पर हूँ डैडी इतिहास से पहली बार होया होना भी घरे बैठ के क्लासा लग रही ने पिछले एक साल तो। हाँ बेटा हाँ बच्चों का बहुत औखा कई गरीब फैमिली ने नहीं घूम उन्होंने को। हाँ जी टीचर बहुत नुकसान आ पिया नहीं हो रही। सब तो बड़ी गल स्कूल बहुत नुकसान आ बैंडां ओदो बड़ी बच्चों की पढ़ाई का बहुत नुकसान। सारे लोग तरह तरह करते हैं जिन्हें बच्चे पढ़ते हैं भी भाई बीमार दूर हो गए। रोज गुरद्वारा साहब बेनती करी है मालक न भी ये बीमारी दूर करो और जिन्हें काम कार ने सारे वधिया तरीके चल। बाकी मालक का हुक्म आ जिवें उन्होंने पाती है। ਜਿਹੜੇ ਮੇਰੇ ਵਰਗੇ ਬੱਚੇ ਢੋਕਲਾ ਨਹੀਂ ਖਾਂਦੇ ਨੇ ਉਹ ਆਪਣੀ ਮੰਮੀ ਨੂੰ ਰੈਸਪੀ ਦੱਸ ਕੇ ਬਣਾ ਸਕਦੇ ਤੇ ਖਾ ਵੀ ਸਕਦੇ ਆ। ਇਹਦੀ ਮੇਰੇ ਲਈ ਇੱਕ ਸਭ ਤੋਂ ਵੱਡੀ ਚੀਜ਼ ਆਹ ਕਿ ਆ ਗਲੂਟਨ ਫਰੀ ਇਸ ਲਈ ਮੈਂ ਇਹਨੂੰ ਖਾ ਸਕਦਾ ਕਿਉਂਕਿ ਆ ਬੇਸਣ ਮੰਮੀ ਆ। ਇਸ ਲਈ ਹੁਣ ਫਿਰ ਅਸੀਂ ਤੁਹਾਨੂੰ ਵੀਡੀਓ ਦਾ ਐਂਡ ਕਰਦੇ ਹਾਂ ਉਹਦੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।